بسم الله الرحمن الرحيم السلام عليكم مدد برمهم نسمان تمید کار دائن سر برا ٹھیک ہوں گے رسوں گے اللہ دی کرم و فضل دنال آدھو لوگ کر دیں شروع شپرا ساڑی چینل تے نمائے ساڑی چینل نو سبسکرائب کر دیں لائک کر کے دوستانا شیئر کر دیں ٹائم ہو رہا ہے فی الحال نو آج کے چالی میڈ دا صبح صبح دا فی الحال جڑا نا دو ماہ دن آباد آج موسم جڑا نا صاف ہو گیا تے فی الحال بدل ہے آرن تھوڑے بہتے تے فی الحال توک نکلے گی دو ماہ دن آباد جا کے اج فی الحال سورج آ ایتھے آیا کھلوتا جی باہر دا سین چیک کرایا وا تے چیک کر لو پھر تے فی الحال جڑا تانوں درخت دس دے پینا اے آ جڑے آ جڑے آ تے او نیم اے اج پٹن والے آئے کھلوتے پٹن دے ادھروں ہاتھ لایا او ایک دو نے انہاں نے ڈیگ بھی دتیاں نیم او اتھوں آ سارے پٹی جاندے آ تو انہوں نے پٹن دے اج لگے ہوئے ہیں بھائی تو ان شاء اللہ ایک دونوں دنوں کی سارے ہاں 25-30 درخت لگے ہوئے جڑے انہیں صفائی ہو جانی ہے یہ آ جڑی ایک آ جن بھی آدھے سنتے تمہیں یہ سارے پٹائی جانے ہیں ویچ کڈے سارے ਇਹਨਾਂ ਦੇ ਵੰਗਾਰ ਖਾਣ ਆਏ ਫਸੇ ਹੋਏ ਆ ਕਾਲੇ ਹੱਥ ਹੋ ਗਏ ਆ ਉਰੇ ਆ ਉਰੇ ਆ ਮਲਾ ਪਤਲਾ ਪਤਲਾ ਫੇਰਦੇ ਯਾਰ ਚੱਲੀਏ ਫਿਰ ਚੱਲ ਕਰੀ ਜਾ ਬਾਬੇ ਨੂੰ ਹੋਰ ਕੋਈ ਕੰਮ ਹੀ ਨਹੀਂ ਹੈਗਾ ਸੁਭਣ ਆਉਣਾ ਮੰਗਾਰ ਖਾਣੀ ਕੀ ਖਾਣਾ ਹੱਥ ਵੇਖ ਤੂੰ ਮੰਗਾਰ ਖਾਣੀ ਸੌਖੀ ਆ ਦੰਦਾਂ ਦੇ ਮਾਲ ਹਾਂ ਥੋੜ੍ਹਾ ਜਿਹਾ ਰੰਗ ਕਾਲਾ ਸ਼ਾ ਸਾਰੇ ਟੀਆ ਰੰਗ ਹੋ ਗਏ ਹੱਥ ਵੀ ਰੰਗ ਹੋ ਗਏ ਨਹੀਂ ਲੱਗਿਆ بابے سر چھال وجنی چاہیے بلا لا وہ کھڈا بڑا لگا کھڈے چ کھڈا چڑی جا چلاؤ یار تو اوکے چلیے پھر لو جی بنگار آیا آیا چلا آپ چلیے چل یار جا پٹھے پائیے کترنے ٹائم اینا ہوا کھڑوتا ہی اندر آ جا باہر فی الحال جڑا چلیے بنگا ہلی تو صبح پھر آنا پینا ماں کیا ہے بابا
ਬਰਗਨੇ ਤੇ ਮੰਦੀ ਯਾਰ ਦੇਣ ਲੈ ਡੰਗਰ ਖਾਮ ਲੈ ਕੋਈ ਹੋਇਆ ਕੀ ਕਰਦੇ ਆ ਪਟਨੀਆਂ ਬੇਰੀਆਂ ਨਿੱਕੇ ਦਰਖਤ ਨੀ ਪੱਟਣ ਦੇ ਹਲੇ ਵੱਡੇ ਪੱਟਣ ਦੇ ਆ ਉਹ ਲਾਲ ਕਿੱਦਾਂ ਵੇਖਣ ਦੇ ਲਾਲ ਪਹਿਲਾਂ ਟਹਿਲੀਆਂ ਪੱਟੂ ਹੋਣੀ ਆ ਦੋਸਤੋ ਟਾਈਮ ਹੋ ਰਿਹਾ ਫਿਲਹਾਲ 4:50 ਦਾ ਜਿੱਦਾਂ ਤੁਹਾਨੂੰ ਸੁਬਹ ਦੱਸਿਆ ਗਿਆ ਸਾਰੇ ਦਰਖਤ ਪਟਾਉਂਦੇ ਪਏ ਹਾਂ ਅਤੇ ਸਮਝ ਲਓ ਅੱਧਾ ਇੱਕ ਅੱਧੇ ਦਰਖਤ ਜਿਹੜੇ ਨਾ ਉਹਨਾਂ ਨੇ ਪੁੱਟ ਕੇ ਛਾਂਗ ਛੂੰਗ ਕੱਢੇ ਅਤੇ ਆਪ ਤੁਹਾਨੂੰ ਹੁਣ ਆਇਓ ਪੱਟਣ ਦੇ ਦੱਬ ਪਠਾਨ ਇੱਥੋਂ ਤੀਕਰ ਪੱਟਦੇ ਦਰਖਤ ਆ ਸਾਰੇ ਹੀ ਜਾਣੇ ਆ ਜਿੰਨੇ ਵੀ ਹੈਗੇ ਨਾ ਸਾਡੇ ਆ ਵੀ ਆ ਸਾਰੇ ਹੀ ਪੁੱਟੀ ਜਾਣੇ ਅੰਬ ਵੀ ਆ ਅੰਬ ਵੀ ਅੰਬ ਵੀ ਅੰਬ ਵੀ ਦਿੱਤਾ ਹਾਂ ਸੂਫੀ ਕੇ ਚੈਨ ਜੀ ਸੂਫੀ ਸੂਫੀ ਕਿੱਦਾਂ ਜਾਈ ਜਾਂਦਾ ਪਹਿਲਾਂ ਟਾਹਲੀਆਂ ਵੱਡੀਆਂ ਸ਼ੁਰੂ ਕੀਤੀਆਂ ਉਹਨਾਂ ਨੇ ਲਈ ਜਾਂਦੇ ਊਠ ਲੱਦੂਗੇ ਹੁਣ ਸਰ 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 ਲੈ ਕੇ ਸਰ ਸਰ ਪਟਮਾ ਰੜੀ ਆ ਹੋਲ ਸਟਾਰਟ ਕਰ ਦਿੱਤੀ।
ਤਰ ਕਿਧਰ ਗਈ ਨਾ ਆਇਆ ਚਲੀ ਗਏ ਹੁਣ ਜਾਣ ਹੋ ਗਈ ਮਸੀਤੇ ਨਹੀਂ ਜਾਣਾ ਬਥੇਰਾ ਜ਼ੋਰ ਹੀ ਊਂਟ ਚ ਟਰੈਕਟਰ ਜਿੰਨਾ ਜ਼ੋਰ ਹੋਣਾ ਹੀ ਆ ਮੈਂ ਕਹਿੰਦਾ ਇਦਾਂ ਪੱਟੀ ਰੇੜੀ ਤੇ ਫਿਰ ਹਾਲਣਾ ਇਹਨਾਂ ਨੇ ਸ਼ਾਮ ਤੀਕਰ ਲੱਗਿਆ ਰਹਿਣਾ ਬਥੇਰੇ ਜੇ ਕੱਲ੍ਹ ਤੀਕਰ ਇਹਨਾਂ ਨੇ ਸਫਾਈ ਕਰ ਦੇਣੀ ਆ ਆਹ ਪਿੱਛਾ ਦਿਸਦਿਆਂ ਪਈਆਂ ਇਹ ਵੀ ਇਹਨਾਂ ਨੇ ਪਟਣੀਆਂ ਸਾਰੀ ਉਹ ਬੇਰੀ ਵੀ ਉਹ ਵੀ ਸਫਾਈ ਕਰ ਦੇਣਗੇ ਸਫਾਈ ਬਥੇਰੀਆਂ ਕਿੰਨੀਆਂ ਪੜਤੀਆਂ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌਂ ਬਾਰਾਂ ਤੇਰਾਂ ਪੜਤੀਆਂ ਅੱਜ ਆਮ ਵੀ ਨਹੀਂ ਇੱਕ ਦਿੱਤਾ ਬਸ ਇਹ ਵੀ ਨਹੀਂ ਵੇਚਿਆ ਅਤੇ ਆਹ ਵੀ ਨਹੀਂ ਵੇਚੇ ਦੋ ਤਿੰਨ ਜਿਹੜੇ ਨਿੱਕੇ ਨਿੱਕੇ ਬਹੁਤ ਬਰੀਕ ਉਹ ਨਹੀਂ ਦਿੱਤੇ ਅਤੇ ਆਮ ਵੀ ਨਹੀਂ ਵੇਚ ਦਿੱਤਾ ਬਸ ਅਤੇ ਬਾਕੀ ਸਾਰੇ ਦਰੱਖਤ ਵੇਚਦੇ ਦੇਖ ਲਓ ਇਹਦੇ ਕੰਮ ਵੇਖ ਲਓ ਨਹੀਂ ਚੱਕੀ ਜਾਂਦੀ ਬੰਦਾ ਥੋੜੀ ਪਾ ਲਵੇ ਮਸੱਲੀ ਆ ਕੀ ਅੱਧੇ ਥੱਲੋਂ ਲਿਬੜੀ ਜਾਂਦੇ ਜੀ ਉਹ ਬੱਦਲ ਫਿਰ ਹੋਇਆ ਖਲੋਤਾ ਜੀ ਇਹ ਨਹੀਂ ਪਹੁੰਚਣੇ ਅੱਜ ਨਹੀਂ ਪਹੁੰਚੇ ਤੇ ਇਹ ਨਹੀਂ ਪਹੁੰਚੇ ਇਹਦੇ ਕੋਲ ਅੱਜ ਪੱਠੇ ਰੇੜੀ ਜਾਂਦਾ ਹੁਣ ਜੀ ਥੱਲੇ ਅੱਧੇ ਦਾ ਥੱਲੇ ਲਿਬੇੜ ਜਾਂਦਾ ਜੀ ਲੈ ਗਿਆ ਖਿੱਚ ਧੂ ਕੇ ਛਾਣ ਵੜ ਲੈਂਦਾ ਜੀ ਤੈਨੂੰ ਪਤਾ ਹੁਣ ਫਿਕਰ ਆ ਇਹਨੂੰ ਪੱਠੇ ਵੱਟ ਕੇ ਬਸ ਵਿਹਲਾ ਫਿਰ ਲੋ ਦੋਸਤੋ ਸਾਢੇ ਛੇ ਦਾ ਟਾਈਮ ਹੋ ਗਿਆ ਸ਼ਾਮ ਦਾ ਅਤੇ ਵੀਡੀਓ ਦਾ ਅਸੀਂ ਕਰ ਦਿੰਦੇ ਹਾਂ ਉਮੀਦ ਕਰ ਦਾਂਗੇ ਵੀਡੀਓ ਲੱਗੇ ਗਿਆ ਲਾਈਕ ਕਰ ਦੇਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਦੋਸਤਾਂ ਨਾਲ ਸ਼ੇਅਰ ਕਰ ਦੇਣਾ ਮਿਲਦਾ ਫਿਰ ਅਗਲੀ ਵੀਡੀਓ 'ਚ ਅੱਲਾ ਹਾਫਿਜ਼ ਬਾਏ।